ਦੋਸਤੋ ਤੁਸੀਂ ਵੇਖ ਰਹੇ ਹੋ ਸਾਡਾ ਟੀਵੀ USA। ਅਸੀਂ ਆਪਣੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਸੁਣਦੇ ਹਾਂ ਅਤੇ ਕਈ ਵਾਰੀ ਸ਼ਿਕਾਰ ਵੀ ਹੋ ਜਾਂਦੇ ਹਾਂ। ਦੋਸਤੋ ਐਸੀ ਇੱਕ ਖਬਰ ਅੱਜ ਤੁਹਾਨੂੰ ਸੁਣਾਵਾਂਗੇ ਜਿਸ ਨੂੰ ਸੁਣ ਕੇ ਤੁਹਾਡਾ ਦਿਲ ਦਹਿਲ ਜਾਏਗਾ। ਤਾਂ ਦੋਸਤੋ ਗੱਲ ਕਰਦੇ ਹਾਂ ਹੁਣ ਇਸ ਖਬਰ ਦੇ ਬਾਰੇ। ਇਹ ਖਬਰ ਦੋਸਤੋ ਸਾਹਮਣੇ ਆਈ ਹੈ ਬੰਗਾ ਨਵਾਂਸ਼ਹਿਰ ਨੈਸ਼ਨਲ ਹਾਈਵੇ ਪਿੰਡ ਮਲਪੁਰ ਅੜਕਾ ਤੋਂ। ਅਤੇ ਇੱਥੇ ਇੱਕ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਜਿੱਥੇ ਦੋ ਲੁਟੇਰਿਆਂ ਦੇ ਵੱਲੋਂ ਕਾਰ ਨੂੰ ਖੋਹ ਲਿਆ ਗਿਆ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਿਤ ਭੁਪਿੰਦਰ ਸਿੰਘ ਪੁੱਤਰ ਹਰਮੇਸ਼ ਲਾਲ ਵੱਲੋਂ ਦੱਸਿਆ ਗਿਆ ਹੈ ਕਿ ਉਹ ਨਵੀਂ ਆਬਾਦੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਜੋ ਆਪਣੀ ਕਾਰ ਦੇ ਵਿੱਚ ਬੰਗਾ ਨੂੰ ਜਾ ਰਿਹਾ ਸੀ ਅਤੇ ਜਦੋਂ ਉਹਨੇ ਉਹਦੀ ਵਿਦੇਸ਼ ਰਹਿੰਦੀ ਉਹਦੀ ਪਤਨੀ ਵਿਦੇਸ਼ 'ਚ ਹੈ ਅਤੇ ਜਦੋਂ ਉਸਦਾ ਫੋਨ ਆਇਆ ਅਤੇ ਉਸ ਨਾਲ ਗੱਲ ਕਰਨ ਦੇ ਲਈ ਉਹਦਾ ਫੋਨ ਸੁਣਨ ਦੇ ਲਈ ਉਹਨੇ ਗੱਡੀ ਇੱਕ ਪਾਸੇ ਖੜ੍ਹੀ ਕਰ ਦਿੱਤੀ ਅਤੇ ਬਾਹਰੋਂ ਕੋਈ ਆਇਆ ਅਤੇ ਜਿਸਨੇ ਉਸਦੀ ਗੱਡੀ ਦਾ ਸ਼ੀਸ਼ਾ ਖਟਖਟਾਇਆ ਅਤੇ ਜਦੋਂ ਉਹਨੇ ਖੋਲ੍ਹਿਆ ਅਤੇ ਉਹਨਾਂ ਨੇ ਆਪਣਾ ਪਿਸਤੌਲ ਕੱਢ ਕੇ ਉਹ ਦੋ ਬੰਦੇ ਐਕਟਿਵਾ 'ਤੇ ਆਏ ਸੀ ਅਤੇ ਉਹਨਾਂ ਨੇ ਆਪਣਾ ਪਿਸਤੌਲ ਕੱਢ ਕੇ ਅਤੇ ਉਹਦੇ ਸਿਰ 'ਤੇ ਲਾ ਦਿੱਤਾ ਅਤੇ ਉਸਨੂੰ ਡਰਾ ਕੇ ਧਮਕਾ ਕੇ ਉਸਦੀ ਗੱਡੀ ਦੀ ਚਾਬੀ ਵੀ ਲੈ ਲਈ ਅਤੇ ਉਹਨੂੰ ਧਮਕੀ ਦੇ ਕੇ ਇੱਕ ਅੱਗੇ ਉਹਦੀ ਕਾਰ ਦੇ ਵਿੱਚ ਬੈਠ ਕੇ ਉਹਦੀ ਕਾਰ ਲੈ ਗਿਆ ਅਤੇ ਇੱਕ ਦੂਸਰਾ ਜਿਹੜਾ ਸੀ ਉਹ ਪਿੱਛੇ ਆਪਣੀ ਐਕਟਿਵਾ 'ਤੇ ਚਲਾ ਗਿਆ। ਤਾਂ ਦੋਸਤੋ ਪੀੜ੍ਹੀ ਦੇ ਵੱਲੋਂ ਆਪਣੇ ਨਾਲ ਵਾਪਰੀ ਇਸ ਸਾਰੀ ਘਟਨਾ ਦੀ ਸੂਚਨਾ 100 ਨੰਬਰ 'ਤੇ ਫੋਨ ਕਰਕੇ ਦਿੱਤੀ ਗਈ ਅਤੇ ਉਸ ਸਮੇਂ ਹੀ ਨਵਾਂਸ਼ਹਿਰ ਦੇ SSP ਦਵਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਅਪਰਾਧੀ ਨੂੰ ਕਾਬੂ ਕਰਨ ਲਈ ਅਤੇ CCTV ਕੈਮਰੇ ਦੀ ਫੁਟੇਜ ਦੀ ਮਦਦ ਲਈ ਜਾ ਰਹੀ ਹੈ। ਤਾਂ ਦੋਸਤੋ ਜਾਂਚ ਹਜੇ ਜਾਰੀ ਹੈ। ਇਸੇ ਤਰ੍ਹਾਂ ਦੀਆਂ ਕੁਝ ਨਵੀਆਂ ਖਬਰਾਂ ਸੁਣਨ ਦੇ ਲਈ ਵੇਖਦੇ ਰਹੋ ਸਾਡਾ TV USA। ਤਦ ਤੱਕ ਲਈ ਇਜਾਜ਼ਤ।